ਕਹਿੰਦੇ ਚੌਥਾ ਨੇ, ਮੈਂ ਕਿਹਾ ਮੁੰਡਾ ਇਹਦੇ ਘਰ ਨਹੀਂ ਬਣਨਾ। ਸਾਰੀ ਗੱਲ ਛੱਡੋ, ਅਸੀਂ ਇਹਨੂੰ ਜਾਣਦੇ ਹੀ ਨਹੀਂ, ਪਾਰਲਰ ਵੱਲ ਕੇ ਤੁਹਾਡੇ ਘਰ ਆਈ ਆ। ਮੈਨੂੰ ਕੀ ਪਤਾ ਤੂੰ ਕੀ ਕਰਦੀ, ਹੁਣ ਕੀ ਕਰਨਾ ਹੈ ਫਿਰ? ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੋ, ਕਿਹੜੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੇ ਨਹੀਂ, ਮੁੰਡੇ ਨਾਲ ਮੇਰੀ ਗੱਲ ਹੀ ਨਹੀਂ ਹੈ ਕਿ ਕਾਹਦੇ ਲਈ ਮੁੰਡਾ ਬੁਲਾ ਦੇ। ਨਾ ਬੁਲਾਓ ਫਿਰ, ਕਾਹਦੇ ਲਈ ਬੁਲਾ ਦੇ? ਨਾ ਬੁਲਾਓ ਨਿਆਣੇ ਸਾਂਭ ਲੈਣੀ ਆ। ਤੇਰਾ ਖਸਮ ਚੰਗਾ ਬੜਾ ਸਾਹਮਣੇ ਵਾਲਾ, ਤੇਰੇ ਬੱਚਿਆਂ ਨੂੰ ਕੀ ਕਰਾਂ? ਬਣ ਕੇ ਤੂੰ ਪਾਰਲਰ ਆਈ ਆ ਤੇ ਕੀ ਪਤਾ ਕੀ ਕਰਕੇ ਗਾਂ ਖਾਈਆਂ ਹੈ। ਤੁਹਾਡਾ ਮਤਲਬ ਬੰਦਾ ਨਹੀਂ, ਬਣ ਕੇ ਤੂੰ ਪਾਰਲਰ ਆਈ ਆ ਤੁਹਾਡੇ ਮੁੰਡੇ ਨਾਲ ਮਤਲਬ ਬੰਦਾ ਹੈ। ਕੁੜੀਆਂ ਨੂੰ ਗੱਲ ਕਰਨਾ, ਤੇਰਾ ਕੋਈ ਮਤਲਬ ਨਹੀਂ ਗੱਲ ਕਰਨਾ, ਤੇ ਮੈਂ ਦੱਸਾਂ ਤੁਹਾਡਾ ਮਤਲਬ ਕਰ ਲੈਂਦੇ ਹੁੰਦਾ ਨਹੀਂ, ਤੁਹਾਡਾ ਮਤਲਬ ਕਰੋ 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 ਮੇਰੇ ਨਾਲ ਕੁੜੀਆਂ ਨਾਲ ਗੱਲ ਮੁੰਡੇ ਦੀ ਮੁੰਡਾ ਲਿਆ ਦੋ ਤੁਹਾਡੇ ਨਾਲ ਗੱਲ ਕਰ ਲੈਂਦੇ ਹੁੰਦਾ ਨਹੀਂ, ਮੇਰਾ ਕੀ ਲੱਗਦਾ ਕਿਹੜੀ ਗੱਲ ਹੈ? ਬੰਦਾ ਜਿਹੜੀ ਮਰਜ਼ੀ ਜ਼ਿੰਦਗੀ ਬਰਬਾਦ ਕਰਕੇ ਹੈਲੋ ਮੀਡੀਆ, ਹੈਲੋ 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 ਬ੍ਰਦਰ, ਹੈਲੋ ਮੀਡੀਆ ਨਾਲ ਗੱਲ ਨਹੀਂ ਕਰਨੀ। ਉਂਗਲ ਥੱਲੇ ਕਰ, ਆਪਣੀ ਉਕਾ ਚ ਰਹਿਣਾ, ਥੱਲੇ ਗੱਲ ਕਰ ਲੈ ਮੈਂ ਦਾਦਾ, ਉਂਗਲੀ ਥੱਲੇ ਕਰ ਲਾ, ਆਪਣੀ ਉਕਾ ਚ ਰਹਿਣਾ, ਉਂਗਲੀ ਥੱਲੇ ਕਰ ਲਾ, ਗੱਲ ਨੀ ਕਰਨੀ ਜਿੰਨੇ ਕ ਹੈਗੇ ਜੋ, ਗੱਲ ਨੀ ਕਰਨੀ ਜਿੰਨੇ ਕ ਹੈਗੇ ਜੋ, ਗੱਲ ਨੀ ਕਰਨੀ ਜਿੰਨੇ ਕ ਹੈਗੇ ਜੋ, ਤੁਹਾਡੀ ਇੱਜ਼ਤ ਕੋਈ ਨੀ ਹੈਗੀ, ਉਹ ਕੁੜੀ ਦੀ ਇੱਜ਼ਤ ਨੀ ਇੱਥੇ ਹੁੰਦੀ ਜਿਹੜੀ ਇੱਥੇ ਆਈ ਗਈ, ਠੀਕ ਆ? ਗੌਰਮੈਂਟ ਤੁਹਾਨੂੰ ਸਾਰਿਆਂ ਨੂੰ ਚੱਲ।